ਅੱਗ ਲਾਉਣ ਕਰਕੇ ਅਸੀਂ ਆਪਣੇ ਉਲਟ ਕਰਦੇ ਜਾ ਰਹੇ ਹਾਂ, ਕਿਉਂਕਿ ਸੜਕ ਦੇ ਉੱਪਰ ਲੰਘਦੇ ਸਮੇਂ ਇੰਨੀ ਕੁ ਜ਼ਿਆਦਾ ਮੁਸ਼ਕਲ ਹੋ ਜਾਂਦੀ ਆ ਜਿਹਦੇ ਕਰਕੇ ਹਾਦਸਿਆਂ ਦਾ। ਅੱਜ ਦਾ ਦਿਨ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਹਾਦਸੇ ਹੋਏ ਨੇ ਸਿਰਫ ਅੱਗ ਲਾਉਣ ਕਰਕੇ। ਜਾਂ ਦੋ ਕਣਕ ਨਾਲ ਭਰੀਆਂ ਗੱਡੀਆਂ ਸੜਕੇ ਸਵਾਹ ਹੋ ਗਈਆਂ ਸਿਰਫ ਅੱਗ ਲਾਉਣ ਕਰਕੇ। ਇਸ ਧੂਏ ਕਾਰਨ ਮੇਰਾ ਵੀ ਜਿਹੜਾ ਸਾਹ ਆ ਘੁੱਟਣ ਲੱਗ ਗਿਆ। ਇੰਦਰਪਾਲ ਸਿੰਘ ਬੈਂਸ, ਯੂਥ ਪੰਜਾਬ ਪ੍ਰਧਾਨ, ਭਾਰਤੀ ਕਿਸਾਨ ਯੂਨੀਅਨ ਚਡੂਨੀ। ਅੱਜ ਮੈਂ ਗੱਲ ਕਰਨੀ ਚਾਹੁੰਦਾ ਤੁਹਾਡੇ ਨਾਲ ਪੰਜਾਬ ਦੇ ਹਾਲਾਤਾਂ ਦੇ ਬਾਰੇ ਕਿ ਕਿਉਂ ਪੰਜਾਬ ਦੇ ਵਿੱਚ ਜਿਹੜੀ ਇੰਨੀ ਅੱਗ ਆ ਉਹ ਸਾਡੇ ਜ਼ਿਮੀਂਦਾਰਾਂ ਵੱਲੋਂ ਲਾਈ ਜਾ ਰਹੀ ਆ। ਕਿਉਂਕਿ ਅੱਜ ਦਾ ਦਿਨ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਹਾਦਸੇ ਹੋਏ ਨੇ ਸਿਰਫ ਅੱਗ ਲਾਉਣ ਕਰਕੇ। ਔਰ ਅੱਗ ਕਿੱਥੇ ਲਾਈ ਜਾ ਰਹੀ ਆ? ਨਾੜ ਸਾੜਨ ਦੇ ਕਰਕੇ ਖੇਤਾਂ ਦੇ ਵਿੱਚ। ਆ ਹੁਣ ਵੀ ਮੇਰੇ ਪਿਛਲੇ ਪਾਸੇ ਕਿਸੇ ਜ਼ਿਮੀਂਦਾਰ ਨੇ ਅੱਗ ਲਾਈ ਹੋਈ ਆ। ਔਰ ਅੱਗ ਜ਼ਮੀਨਾਂ ਤੋਂ ਬਾਅਦ ਜਿਹੜੀ ਸੜਕ ਦੇ ਕੰਢੇ ਜਿਹੜੇ ਬੂਟੇ ਲੱਗੇ ਆ ਉੱਥੋਂ ਤੱਕ ਪਹੁੰਚ ਚੁੱਕੀ ਆ, ਅਤੇ ਰਾਹਗੀਰ ਜਿਹੜੇ ਆ ਉਹ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ, ਉਹਨਾਂ ਨੂੰ ਮੁਸ਼ਕਲ ਹੋ ਰਹੀ ਆ। ਪਰ ਉਸ ਤੋਂ ਵੱਧ ਜਿੰਨੇ ਅੱਜ ਹਾਦਸੇ ਪੰਜਾਬ ਦੇ ਵਿੱਚ ਹੋਏ ਨੇ ਮੇਰੇ ਭਰਾਵੋ, ਉਹਦਾ ਜ਼ਿੰਮੇਵਾਰ ਕੌਣ ਆ? ਅਸੀਂ ਜ਼ਿਮੀਂਦਾਰਾਂ ਨੂੰ ਮੈਂ ਸਮਝ ਸਕਦਾ ਕਿ ਆਮ ਲੋਕਾਂ ਨੂੰ ਇਹ ਕੰਮ ਕਰਨ ਕਰਕੇ, ਅੱਗ ਲਾਉਣ ਕਰਕੇ ਅਸੀਂ ਆਪਣੇ ਉਲਟ ਕਰਦੇ ਜਾ ਰਹੇ ਹਾਂ, ਕਿਉਂਕਿ ਸੜਕ ਦੇ ਉੱਪਰ ਲੰਘਦੇ ਸਮੇਂ ਇੰਨੀ ਕੁ ਜ਼ਿਆਦਾ ਮੁਸ਼ਕਲ ਹੋ ਜਾਂਦੀ ਆ ਜਿਹਦੇ ਕਰਕੇ ਹਾਦਸਿਆਂ ਦਾ ਕਾਰਨ ਬਣ ਰਿਹਾ। ਔਰ ਪਿਛਲੇ ਦਿਨੀ ਇੱਕ ਵੀਡੀਓ ਆਈ ਸੀ ਵੀ ਅੱਗ ਲਾਉਣ ਦੇ ਕਾਰਨ ਇੱਕ ਜ਼ਿਮੀਂਦਾਰ ਦੇ 40 ਪਸ਼ੂ ਜਿਹੜੇ ਸੜ ਕੇ ਉਹ ਸਵਾਹ ਹੋ ਗਏ, ਉਹਨਾਂ ਦਾ ਦਮ ਤੋੜ ਦਿੱਤਾ। ਅੱਜ ਪੰਜਾਬ ਦੇ ਵਿੱਚ ਇੱਕ ਬੱਸ ਸੜੀ ਆ ਜਿਹਦੇ ਕਾਰਨ 16 ਜਣਿਆਂ ਦੀ ਮੌਤ ਹੋਈ ਆ। ਔਰ ਇੱਕ ਸਾਡੇ ਜ਼ਿਲ੍ਹੇ ਗੁਰਦਾਸਪੁਰ ਦੇ ਵਿੱਚ ਸੀਲੋ ਦੇ ਉੱਪਰ ਖੜੀਆਂ ਦੋ ਕਣਕ ਨਾਲ ਭਰੀਆਂ ਗੱਡੀਆਂ ਸੜਕੇ ਸਵਾਹ ਹੋ ਗਈਆਂ ਸਿਰਫ ਅੱਗ ਲਾਉਣ ਕਰਕੇ। ਪਰ ਜਿੱਥੇ ਸਾਡੇ ਜ਼ਿਮੀਂਦਾਰ ਭਰਾ ਵੇਖੋ, ਜਿਵੇਂ ਅੱਜ ਬੇਨਤੀ ਕਰਨ ਲੱਗਿਆ, ਯੂਨੀਅਨ ਦਾ ਇੱਕ ਮੈਂ ਵੀ ਆਗੂ ਹਾਂ, ਇਹ ਗੱਲ ਕਹਿਣ ਨੂੰ ਜੀ ਨਹੀਂ ਕਰਦਾ, ਪਰ ਅੱਜ ਮੈਂ ਬੋਲਣ ਵਾਸਤੇ ਮਜਬੂਰ ਹੋਇਆ, ਕਿਉਂਕਿ ਸਾਡੇ ਜਿਹੜੇ ਆਮ ਲੋਕ ਹੈ ਸਾਡੇ ਇਸ ਕਾਰਨ ਕਰਕੇ ਸਾਡੇ ਉਲਟ ਹੋ ਰਹੇ ਨੇ। ਇਹ ਸਾਡੇ ਆਮ ਲੋਕਾਂ ਦੇ ਵਾਸਤੇ ਸਮੱਸਿਆ ਬਣ ਰਹੀ ਆ, ਜਦਕਿ ਸਾਡੀ ਕਣਕ ਦੇ ਨਾੜ ਨੂੰ ਅੱਗ ਲਾਉਣ ਦੀ ਸਮੱਸਿਆ ਵੀ ਕੋਈ ਨਹੀਂ, ਮੁਸ਼ਕਲ ਵੀ ਕੋਈ ਨਹੀਂ, ਲੋੜ ਵੀ ਕੋਈ ਨਹੀਂ, ਪਰ ਫਿਰ ਵੀ ਅਸੀਂ ਜਾਣ ਬੁੱਝ ਕੇ ਇਹ ਕਦਮ ਜਿਹੜੇ ਆ ਚੁੱਕ ਰਹੇ ਹਾਂ, ਜਿਨ੍ਹਾਂ ਦੇ ਵਿੱਚ ਸਾਨੂੰ ਜ਼ਿਮੀਂਦਾਰਾਂ ਨੂੰ ਕਿਸਾਨਾਂ ਨੂੰ ਸੋਚਣਾ ਪੈਣਾ। ਪਰ ਇੱਕ ਮੈਂ ਸਵਾਲ ਅੱਜ ਸਰਕਾਰ 'ਤੇ ਵੀ ਚੁੱਕਣਾ ਚਾਹੁੰਦਾ ਹਾਂ ਕਿ ਜਿਹੜੇ ਭਗਵੰਤ ਮਾਨ ਜੀ ਪਿਛਲੀ ਵਾਰ ਬੜਾ ਠੋਕ ਠੋਕ ਕੇ ਬੋਲਦੇ ਸੀਗੇ ਕਣਕ ਦੇ ਨਾੜ ਦੇ ਉੱਪਰ, ਅੱਜ ਉਹ ਭਗਵੰਤ ਮਾਨ ਜੀ ਚੁੱਪ ਕਿਉਂ ਆ? ਉਹ ਸਰਕਾਰਾਂ ਚੁੱਪ ਕਿਉਂ ਨੇ? ਕੀ ਉਹ ਸਿਰਫ ਹੁਣ ਵੋਟਾਂ ਕਰਕੇ ਆਪਣੇ ਮੂੰਹ ਦੇ ਉੱਤੇ ਤਾਲਾ ਲਾ ਕੇ ਬੈਠ ਗਏ ਨੇ? ਉਹਨਾਂ ਨੂੰ ਅੱਜ ਕੋਈ ਪਤਾ ਨਹੀਂ ਵੀ ਸਾਡੇ ਜਿਹੜੇ ਆਮ ਲੋਕ ਨੇ, ਜਿਹੜੇ ਸਾਡੇ ਨਾਗਰਿਕ ਆ, ਉਹ ਕਿੰਨੇ ਹਾਦਸਿਆਂ ਦੇ ਕਰਕੇ ਜਿਹੜੇ ਆ ਉਹ ਆਪਣੀ ਜਾਨ ਗਵਾ ਬੈਠੇ ਆ? ਸਰਕਾਰਾਂ ਦਾ ਚੁੱਪ ਰਹਿਣ ਦਾ ਕਾਰਨ ਕੀ ਆ? ਜਾਣੀ ਕਿ ਵੋਟ ਲੈਣ ਦੇ ਕਰਕੇ ਸਰਕਾਰ ਕਿਸੇ ਵੀ ਹੱਦ ਤੱਕ ਚੁੱਪ ਕਰ ਸਕਦੀ ਆ, ਅੱਖਾਂ ਵੇਖ ਕੇ। ਔਰ ਜਿਸ ਜਗ੍ਹਾ ਦੇ ਉੱਪਰ ਮੈਂ ਖੜਾ ਆ, ਇਹਦੇ ਸੱਜੇ ਪਾਸੇ ਸੜਕ ਦੇ ਵੀ ਅੱਗ ਲੱਗੀ ਹੋਈ ਆ, ਖੇਤਾਂ ਦੀ ਅੱਗ ਤੋਂ ਬਾਅਦ ਜਿਹੜੇ ਸੜਕ ਦੇ ਕਿਨਾਰੇ ਬੂਟੇ ਆ ਉਹ ਵੀ ਸੜ ਰਹੇ ਆ, ਤੇ ਇਹੋ ਹੀ ਅੱਗ ਦੇ ਕਾਰਨ ਕਰਕੇ ਰੋਡ ਦੇ ਦੂਜੇ ਪਾਸੇ ਵੀ ਜਿਹੜੇ ਅੱਗ ਆ ਉਹ ਜਾ ਚੁੱਕੀ ਆ, ਉਹ ਵੀ ਸੜ ਰਿਹਾ, ਤੇ ਲਾਗੇ ਸਾਡੀ ਆਮ ਰਿਹਾਇਸ਼ ਆ, ਘਰ ਵੀ ਆ, ਇਹਦਾ ਨੁਕਸਾਨ ਕਿੰਨਾ ਹੋ ਸਕਦਾ? ਜਿਹੜੀ ਗੱਲ ਅਸੀਂ ਪਬਲਿਕ ਦੇ ਨੁਕਸਾਨ ਦੀ ਕਰ ਰਹੇ ਹਾਂ, ਮੈਂ ਇੱਥੇ ਖੜਾ ਸਿਰਫ ਇੱਕ ਮਿੰਟ ਵਾਸਤੇ ਇਹ ਸੁਨੇਹਾ ਦੇਣ ਲਈ, ਪਰ ਇਸ ਧੂਏ ਕਾਰਨ ਮੇਰਾ ਵੀ ਜਿਹੜਾ ਸਾਹ ਆ ਘੁੱਟਣ ਲੱਗ ਗਿਆ।
ਤੇ ਇਸ ਦੇ ਨਾਲ ਹੋਰ ਕਿੰਨਾ ਨੁਕਸਾਨ ਹੋ ਰਿਹਾ ਜਾਂ ਹੁੰਦਾ ਆ, ਤੇ ਪਤਾ ਨਹੀਂ ਕਿਉਂ ਇਹ ਸਾਡੀ ਜਿਹੜੀ ਇੱਕ ਨਵੀਂ ਰੀਤ ਸਾਡੇ ਜ਼ਿਮੀਦਾਰਾਂ ਨੇ ਤੋਰ ਲਈ ਆ ਕਣਕ ਦੇ ਨਾੜ ਨੂੰ ਵੀ ਅੱਗ ਲਾਉਣ ਦੀ। ਇੱਕ ਯੂਨੀਅਨ ਦਾ ਆਗੂ ਹੋਣ ਦੇ ਨਾਤੇ ਮੈਂ ਤੁਹਾਨੂੰ ਬੇਨਤੀ ਕਰਾਂਗਾ ਵੀ ਆਪਾਂ ਇਸ ਪਾਸੇ ਨੂੰ ਨਾ ਤੁਰੀਏ, ਨਾ ਆਪਣੀ ਧਰਤੀ ਦਾ ਨੁਕਸਾਨ ਕਰੀਏ, ਨਾ ਆਪਣੇ ਇਨਵਾਇਰਮੈਂਟ ਦਾ ਨੁਕਸਾਨ ਕਰੀਏ। ਅਸੀਂ ਕੁਦਰਤੀ ਜਿਹੜੀਆਂ ਸ਼ਕਤੀਆਂ ਨੇ ਉਹਨਾਂ ਨੂੰ ਸੰਭਾਲ ਕੇ ਰੱਖਾਂਗੇ ਅਤੇ ਤਾਂ ਹੀ ਸਾਡਾ ਬਚਾਅ ਹੋਊਗਾ। ਅਤੇ ਜੇਕਰ ਇਹ ਸਾਡੀਆਂ ਗਲਤੀਆਂ ਨਾ ਸੁਧਰੀਆਂ ਤਾਂ ਸਾਨੂੰ ਜ਼ਿਮੀਦਾਰਾਂ ਜਿਹੜਾ ਅਸੀਂ ਅੱਗੇ ਵੀ ਪੈਂਦੇ ਘਾਟੇ 'ਚ ਆ ਉਹ ਫਿਰ ਹੋਰ ਜ਼ਿਆਦਾ ਜਿਹੜਾ ਆ ਘਾਟੇ ਵੱਲ ਚਲਾ ਜਾਊਗਾ। ਸਰਕਾਰਾਂ ਦੀਆਂ ਜਿਹੜੀ ਚੁੱਪ ਆ ਵੱਡਾ ਸਵਾਲ ਦਾ ਕਾਰਨ ਆ, ਪਰ ਉਹਦੇ ਨਾਲ ਕਿਤੇ ਗਲਤੀ ਸਾਡੇ ਲੋਕਾਂ ਦੀ ਵੀ ਆ। ਇਹ ਸਾਨੂੰ ਸੁਧਾਰ ਕਰਨਾ ਪੈਣਾ, ਕਿਸੇ ਨਾ ਕਿਸੇ ਨੂੰ ਬੋਲਣਾ ਪੈਣਾ। ਬੜਿਆਂ ਨੇ ਮੇਰੇ ਖਿਲਾਫ਼ ਵੀ ਕਮੈਂਟ ਕਰਨੇ ਨੇ, ਮੈਨੂੰ ਉਸ ਗੱਲ ਦੀ ਪਰਵਾਹ ਕੋਈ ਨਹੀਂ, ਪਰ ਜਿਹੜਾ ਮੈਂ ਸੁਨੇਹਾ ਦੇਣਾ ਚਾਹੁੰਦਾ ਇਹ ਗੱਲ ਨੂੰ ਕਿਤੇ ਇੱਕ ਵਾਰੀ ਆਪਣੇ ਆਲੇ ਦੁਆਲੇ ਝਾਤੀ ਮਾਰ ਕੇ ਸਮਝ ਜ਼ਰੂਰ ਲਿਓ ਅਤੇ ਬਾਕੀ ਆਲੇ ਦੁਆਲੇ ਸਮਝਾਉਣ ਦੀ ਕੋਸ਼ਿਸ਼ ਵੀ ਕਰਿਓ।